आ मैं थोनू साडे जिमीदारां दी करतूत दिखाउणा। आ करतूत हुण चल रही है इहनां दी जिहड़ी खेतां दे विच चल रही है। कंप्यूटर करा जिहड़े सारिआं ने कंप्यूटर करा लाए होए नेगे, कंप्यूटर करा ला के मोटरां जिहड़ियां ऐ खुल्लियां छड्डियां ने जिधर नूं पाणी पैंदा पैण दे, जिधर नूं पाणी पैंदा पैण दे। हुण की कारण आ बई, हुण लाइट इह भज्जण वाली आ इत्थे तिकर रमूंगा, इहदे बाद लाइट भज्जूगी दुबारा फिर इन्ना रमू इन्ना इत्थे आ के दुबारे फिर लाइट भज्जूगी। आ जिहड़ा सारा काम साडे जिमीदारां दा चल रिहा, कहण दा भाव आ सरकार ने तो कहा कि भाई झोना खेतां नहीं लाउण देणा, पाणी दी जिन्ना पाणी बचा सकदे आ बचाओ। पर आपां गल सारी सरकारां दे मर्द ने, गल साडे वी सारे दी बहुत आ, इह बहाण किसे दा होर नहीं हैगा। मैं तुहानूं दसदा साडे आप दिन दी बहाण है। दो घंटे हो गए मत्था मारी जांदे, हो फिरदा पतीली चक्की, कहिंदा कंप्यूटर करा चैक कर लैंदे मैनूं, हो फिरदा, कहिंदा मैं कंप्यूटर करा चैक करना। इस करके इहनूं आख्या वी मोटर बंद कर दे, मोटर बंद कर दे। जे मोटर बंद कर दे हुण अगला तुहानूं पता वी लड़दा ਕੀ ਕਹਿਣਾ ਇਸ ਚੀਜ਼ ਬਾਰੇ, ਵਿਸਤਾਰਪੂਰਵਕ ਇੱਕ ਗੱਲ ਦੱਸ, ਇੱਕ ਮਿੰਟ ਦੇ ਵਿੱਚ ਗੱਲ ਪੂਰੀ ਕਰ। ਕੰਪਿਊਟਰ ਕਰਾ ਦਾ ਮਤਲਬ ਤੂੰ ਕਿੰਨੇ ਕਿੱਲਾਂ ਦੀ ਖੇਤੀ ਕਰਦਾ ਪਹਿਲਾਂ ਤਾਂ ਤੂੰ ਇਹ ਦੱਸ। ਮੈਂ 25-26 ਕਿੱਲਿਆਂ ਦੀ ਖੇਤੀ, ਤੂੰ 25-26 ਕਿੱਲਿਆਂ ਦੀ ਖੇਤੀ ਕਰਦਾ, ਤੂੰ ਆਪਦੇ ਖੇਤ ਦੇ ਵਿੱਚ ਤੇਰੇ ਮੋਟਰਾਂ ਦੋ ਲੱਗੀਆਂ ਹੋਣ, ਦੋ ਉੱਥੇ ਤਿੰਨ ਨੇ, ਤੂੰ ਮੋਟਰਾਂ ਚਲਾਉਣਾ? ਮੈਂ ਤਾਂ ਸਾਰਾ ਕੱਸੀ ਨਰਮਾਇਆ। ਸਾਰਾ ਕੱਸੀ ਨਰਮਾਇਆ, ਮੋਟਰ ਚਲਾਈਆਂ ਨੀ ਤਾਂ ਮੱਕੀ ਬੀਜੀ ਆ, ਮੱਕੀ ਵਾਸਤੇ ਜ਼ਰੂਰ ਕੋਲੇ ਖੜ ਕੇ ਲਾਉਣੇ ਆ। ਤੂੰ ਉਹਦੇ ਨਾਲ ਮਾਰਿਆ, ਤੂੰ ਉਹਦੇ ਮੋਟਰਾਂ ਨਹੀਂ ਚਲਾ ਰਿਹਾ। ਇਹ ਦੇਖੋ ਜੀ, ਇਹ ਵੀ ਇੱਕ ਪਿੰਡ ਦਾ ਕਿਸਾਨ ਹੈ, ਇਹਦੇ ਤਿੰਨ ਮੋਟਰਾਂ ਨੇ, ਇਹ ਵੀ ਨਹੀਂ ਚਲਾ ਰਿਹਾ। ਪਰ ਮੈਂ ਜਿੰਨੇ ਵੀ ਜ਼ਿਮੀਦਾਰ ਦੇਖਦਾ ਆ ਐਵੇਂ ਸਾਰਾ ਪਾਣੀਆਂ ਦੇ ਖੇਤ ਜਿਹੜੇ ਟੋਭੇ ਬਣਾਏ ਪੈ ਨੇਗੇ, ਖੇਤ ਸ਼ਰਮ ਨਹੀਂ ਆਉਂਦੀ। ਹੁਣ ਇੱਕ ਮਿੰਟ ਮੈਂ ਮਾੜੀ ਜਿਹੀ ਗੱਲਬਾਤ ਕਰਨੀ ਹੈ, ਫਿਰ ਤੇਥੋਂ ਮੈਂ ਥੋੜ੍ਹਾ ਗੱਲਬਾਤ ਤਾਂ ਸੁਣਦਾ ਤੇਰੀ। ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਾਡੇ ਜ਼ਿਮੀਦਾਰਾਂ ਭਰਾਵਾਂ ਨੂੰ ਵੀ ਆਹ ਖੇਤ ਦੇ ਵਿੱਚ ਪਾਣੀ ਛੱਡਦਾ ਕੋਈ ਫਾਇਦਾ ਨਹੀਂ, ਇਹ ਵਾਹਣ ਸੁੱਕ ਜਾਣਾ। ਇਦੋਂ ਪਹਿਲਾਂ ਕਈ ਦਿਨ ਹੋ ਗਏ ਪਹਿਲਾਂ ਜਿਹੜਾ ਮੀਂਹ ਦਾ ਮੀਂਹ ਪੈ ਕੇ ਹਟਿਆ, ਵਾਹਣ ਗਿੱਲਾ ਪਿਆ, ਵਾਹਣ ਗਿੱਲਾ ਹੋਇਆ ਪਿਆ। ਆਹ ਵਾਹਣ ਸਾਰੇ ਬਾਹੇ ਵੀ ਜਾ ਸਕਦੇ ਨੇਗੇ, ਪਰ ਸਾਡੇ ਵਾਲੇ ਨੇ ਜਿਹੜੀਆਂ ਆਦਤਾਂ ਨੇਗੀਆਂ ਉਹ ਨਹੀਂ ਜਾਂਦੀਆਂ, ਰੱਸਾ ਚੱਪਣ ਦੀਆਂ ਆਦਤਾਂ ਨਹੀਂ ਜਾਂਦੀਆਂ। ਮੈਂ ਤਾਂ ਬਿਜਲੀ ਮਹਿਕਮੇ ਨੂੰ ਵੀ ਕਹਿਣਾ ਵੀ ਭਾਈ ਲਾਈਟ ਨਾ ਛੱਡੋ, ਨਰਮਾ ਬਿਜ ਗਿਆ ਹਜੇ ਕੁਝ ਕੁ ਦਿਨ ਲਾਈਟ ਦੀ ਲੋੜ ਨਹੀਂ, ਬੰਦ ਕਰ ਦਿਓ ਲਾਈਟ। ਇਹਨਾਂ ਦਾ ਉਹ ਦੇਖ ਸਾਰੀਆਂ ਮੋਟਰਾਂ ਚੱਲੀ ਹੁੰਦੀਆਂ, ਸਾਰੀਆਂ ਮੋਟਰਾਂ ਖੁੱਲੇ ਬਾਣਾਂ ਦੇ ਵਿੱਚ। ਇਹ ਇਕੱਲੇ ਮੇਰੇ ਪਿੰਡ ਦੀ ਗੱਲ ਨਹੀਂ ਹੈਗੀ, ਟੋਟਲ ਸਾਰੇ ਪਿੰਡਾਂ ਦੀ ਗੱਲ ਹੈ, ਸਾਰੀਆਂ ਖੁੱਲੀਆਂ ਮੋਟਰਾਂ ਉਹ ਚੱਲੀਆਂ। ਜਦੋਂ ਜੀਰੀ ਲਾਓਗੇ, ਜਦੋਂ ਝੋਨਾ ਲਾਉਣਾ, ਉਦੋਂ ਛੱਡ ਲਿਓ ਮੋਟਰਾਂ, ਦੋ ਦਿਨ ਪਹਿਲਾਂ ਛੱਡ ਲਿਓ। ਹੁਣ ਜੇ ਇੱਕ ਦਿਨ ਲਾਈਟ ਆਉਂਦੀ ਹੈ, ਇੱਕ ਦਿਨ ਲਾਈਟ ਆਉਂਦੀ ਨਹੀਂ, 8 ਘੰਟੇ ਲਾਈਟ ਆਉਂਦੀ ਹੈ, 8 ਘੰਟੇ ਜਿਹੜਾ ਐ ਪਾਣੀ ਛੱਡ ਕੇ ਬਰਬਾਦ ਕਰੀ ਜਾਂਦੇ ਨੇ। ਪਰ ਸਾਡੇ ਕੋਲੇ ਜਿਹੜੀਆਂ 3 ਸਤਾ ਸੀਗੀਆਂ ਪਾਣੀ ਦੀਆਂ, 2 ਸਤਾ ਕਹਿੰਦੇ ਆ ਵੀ ਖਤਮ ਹੋ ਗਈਆਂ। ਜਿਹੜੇ ਸਾਡੇ ਚੰਗੇ ਸਿਗਰਦ ਲੋਕ, ਗੱਲ ਸੁਣ ਲੈ ਇੱਧਰ ਮੜਿਆ, ਇੱਧਰ ਸਿੱਧਾ ਕਰ ਲੈ ਫੋਨ। ਚੰਗੇ ਲੋਕ ਕਹਿੰਦੇ ਨੇ ਵੀ ਸਾਡੇ ਕੋਲੇ 2 ਸਤਾ ਪਾਣੀ ਦਾ ਖਤਮ ਹੋ ਗਿਆ, ਇੱਕ ਤਾਂ ਸਾਡੇ ਕੋਲੇ ਪਾਣੀ ਦੀ ਰਹਿ ਗਈ, ਉਹ ਵੀ ਸਾਡੀ ਪਾਣੀ ਦੀ ਜਿਹੜੀ ਖਤਮ ਹੋਣ ਵਾਲਾ ਸਾਡੇ ਕੋਲੇ ਪਾਣੀ। ਪਾਣੀ ਨੂੰ ਸਾਂਭ ਲਓ, ਆਹ ਸਾਰਾ ਕੁਝ ਬੰਜਰ ਹੋ ਜਾਣਾ, ਸਾਰੀਆਂ ਜ਼ਮੀਨਾਂ ਜਿਹੜੀਆਂ ਬੰਜਰ ਹੋ ਜਾਣੀਆਂ ਹੈ। ਰਾਜਸਥਾਨ ਵਾਲਾ ਹਾਲਾਤ ਪੰਜਾਬ ਦੇ ਹੋ ਜਾਣੇ ਨੇ, ਰਾਜਸਥਾਨ ਦੇ ਨਾਲੋਂ ਮਾੜੇ ਹਾਲਾਤ ਹੋਣਗੇ, ਉਹ ਕਿਵੇਂ ਹੋਣਗੇ? ਹੋਏ ਪੈ ਰਹੇ ਸੀ, ਸਮਝਦੇ ਨਹੀਂ। ਤੈਨੂੰ ਮੈਂ ਇੱਕ ਮਿੰਟ ਤੈਨੂੰ ਸਾਰਾ ਦੱਸਣਾ, ਮੰਨ ਕੇ ਚੱਲ ਰਾਜਸਥਾਨ ਦੇ ਨਾਲੋਂ ਮਾੜੇ ਹਾਲਾਤ ਕਿਵੇਂ ਹੋ ਜਾਣਗੇ, ਕਿਉਂਕਿ ਉੱਥੇ ਦਾ ਰੇਤਾ ਉੱਥੇ ਦਾ ਫਿਰ ਵੀ ਠੰਡਾ ਹੋ ਜਾਂਦਾ। ਆਹ ਜਿਹੜੀ ਤੁਹਾਡੀ ਧਰਤੀ ਇੱਥੇ ਬਹੁਤ ਗਰਮ ਹੋਊਗੀ ਪਾਣੀ ਦੀ, ਇੰਨੇ ਕੁ ਜ਼ਿਆਦਾ। ਤੁਹਾਨੂੰ ਮੈਂ ਦੱਸ ਦਿੰਦਾ ਵੀ ਜਿਹੜਾ ਬਠਿੰਡਾ ਜਾਂ ਸਾਡਾ ਰਾਜਸਥਾਨ ਵਾਲੇ, ਸਾਡੇ ਹੋਰ ਗੰਗਾਨਗਰ ਦੇ ਕਈ ਸਾਡੇ ਸੂਬੇ ਨੇਗੇ, ਸਾਡੇ ਪੰਜਾਬੀ ਸੂਬੇ ਨੇਗੇ, ਉਹ ਪਾਣੀ ਨੂੰ ਕਿਵੇਂ ਤਰਸ ਰਹੇ ਨੇਗੇ। ਤੁਹਾਨੂੰ ਕੋਈ ਸ਼ਰਮ ਹੀ ਨਹੀਂ ਹੈਗੀ ਪਾਣੀ ਵੀ ਖਰਾਬ ਕਰੀ ਜਾਂਦੇ ਯਾਰ ਅਸੀਂ? ਹਾਂ ਹੁਣ ਤੂੰ ਦੱਸ ਕੀ ਕਹਿਣਾ ਚਾਹੁੰਦਾ? ਪੀਣ ਨੂੰ ਵੀ ਤਰਸਦੇ ਨੇ ਲੋਕ, ਜਿਹੜਾ ਹੁਣ ਵਾਹਣ ਵਾਹਣਾ ਜੀ, ਇਹ ਤਾਂ ਹੁਣ ਇੰਨਾ ਗਿੱਲਾ ਹੋਇਆ ਪਿਆ, ਬੇਸੀ ਬੇਜੂਆ ਕਿ ਹਾਂ ਆ ਦੇਖ ਇਹਦੇ ਕਰਾ ਪਹਿਲਾਂ ਲੱਗਿਆ ਹੋਇਆ, ਮੜਾ ਇੱਧਰ ਮੋਟਰ ਹੋ ਕੇ ਨਹੀਂ ਹੋ ਕੇ ਦਿਖਾ ਉੱਧਰ, ਆ ਇਹਦੇ ਪਹਿਲਾਂ ਕੰਪਿਊਟਰ ਕਰਾ ਲੱਗਿਆ ਹੋਇਆ ਸੀਗਾ। ਹਾਂਜੀ, ਜਦੋਂ ਪਿਛਲੇ ਸਾਲ ਲੱਗਿਆ ਹੁਣ ਪਾਣੀ ਨਾਲ ਕੀ ਦੇਖਣਾ, ਤਾਂ ਕਰਾ ਦੁਬਾਰੇ ਲੱਗ ਗਿਆ, ਸਾਫ਼ ਤਾਂ ਵਾਹਣ ਇਹ ਐਵੇਂ ਫਾਲਤੂ ਕਰਦੇ ਨੇ ਭਾਈ ਬਣ ਕੇ, ਐਵੇਂ ਨਹੀਂ ਕਰਨਾ ਚਾਹੀਦਾ ਸਾਨੂੰ ਹਰ ਇੱਕ ਨੂੰ। ਹਾਂ ਮੰਨ ਲਾ ਜਿਵੇਂ ਆ ਜਿੰਨਾ ਵੀ ਆ ਪਾਣੀ ਬਰਬਾਦ ਹੋ ਰਿਹਾ ਹੈ, ਨਾਲੇ ਮੋਟਰਾਂ ਘਸੀ ਜਾਂਦੇ ਨੇ, ਬੁਸ ਘਸਦੇ ਨੇ, ਸਾਰਾ ਕਾਹਦਾ ਹੀ ਨੁਕਸਾਨ ਹੈ, ਆਪਦਾ ਹੀ ਸਾਡਾ। ਇਹ ਜਿਹੜਾ ਪਾਣੀ ਬਾਈ, ਜਿੰਨੀਆਂ ਮੋਟਰਾਂ ਤੁਸੀਂ ਖੁੱਲ੍ਹੀਆਂ ਛੱਡੀਆਂ ਨੇਗੀਆਂ, ਇਹ ਤੁਹਾਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਭਰਾਵੋ ਅੱਜ ਤਾਂ ਤੁਸੀਂ ਪਾਣੀ ਦੀ ਬਰਬਾਦੀ ਕਰੀ ਜਾਂਦੇ ਹੋ। ਜਦੋਂ ਇਹ ਗੱਲ ਕਹਿਣੇ ਆ ਵੀ ਪਾਣੀ ਕਿੱਥੋਂ ਮੁੱਕ ਜੂ ਧਰਤੀ 'ਚ, ਇਹਨਾਂ ਨੂੰ ਕਈਆਂ ਨੂੰ ਨਾ ਇਹਨਾਂ ਨੂੰ ਸਾਪਣੇ ਵਾਲਿਆਂ ਨੂੰ ਪੁੱਛੀਦਾ ਵੀ ਪਾਣੀ ਖਰਾਬ ਹੋ, ਇੱਕ ਦਿਨ ਪਾਣੀ ਕਿਵੇਂ ਮੁੱਕ ਜੂ? ਪਾਣੀ ਮੁੱਕਿਆ ਨਹੀਂ ਪਹਿਲਾਂ ਮੈਨੂੰ ਰਸ। ਇੱਕ ਬੇਨਤੀ ਕਰਦਾ ਮੇਰੇ ਨਾਲ, ਇਹਨਾਂ ਦੀ ਸਾਰਿਆਂ ਦੀ ਰਿਸ਼ਤੇਦਾਰੀਆਂ ਨੇ, ਬਲਾਡੇ ਕੰਨੀ ਇਹਨਾਂ ਨੂੰ ਲੈ ਚੱਲੋ। ਹਾਂ, ਬਲਾਡੇ ਦੇ ਲੋਕਾਂ ਦਾ ਕੀ ਹਾਲ? ਅੱਛਾ ਜੀ, ਸਾਡੇ ਨੇੜੇ ਹੀ ਆ ਬਲਾਡੇ। ਬਲਾਡੇ ਜੀ ਇੱਧਰ ਆਪਣਾ ਬਠਿੰਡਾ ਗੰਗਾਨਗਰ, ਇੱਧਰ ਰਾਜਸਥਾਨ ਦੇ ਵਿੱਚ, ਇੱਧਰ ਵੀ ਹਾਲਾਤ ਮਾੜੀ ਨੇਗੇ। ਇੱਧਰ ਤਾਂ ਹੁਣੇ ਹੁਣੇ ਬਲਾਡਾ ਜੀ, ਇੱਥੋਂ 25 ਕਿਲੋਮੀਟਰ ਹੈ ਸਾਡੇ ਤੋਂ ਬਲਾਡਾ। ਹਾਂ, ਬਲਾਡੇ ਹਾਲ ਜਾ ਕੇ ਦੇਖੋ ਪਾਣੀ ਬਿਨਾਂ। ਹੁਣ ਜਿਹੜਾ ਪਹਿਲਾਂ ਆਪਣੇ ਪਾਣੀ ਕਿੰਨੇ ਫੁੱਟ ਤੇ ਹੁੰਦਾ ਇਹ ਦੱਸ ਪਹਿਲਾਂ। ਆਪਣੇ ਤਾਂ ਮੰਨ ਲਾ 2 ਫੁੱਟ ਤੇ ਪਾਣੀ ਸੀ, 2 ਫੁੱਟ ਤੇ ਪਾਣੀ ਸੀ ਆਪਣੇ, ਸੇਮ ਸੀਗੀ ਹੈ ਨਾ, ਸਾਰੀ ਸੇਮ ਚਲੀ ਗਈ। ਅੱਜ ਆਪਣੇ ਕਿੰਨੇ ਫੁੱਟ ਤੇ ਪਾਣੀ ਹੈ? 150 ਫੁੱਟ ਤੇ ਚਲਾ ਗਿਆ। ਇਹ ਕਹਿੰਦੇ ਪਾਣੀ ਕਿੱਥੋਂ ਮੁੱਕ ਜੂ? ਵੀ ਤੁਸੀਂ ਆਹ ਦੇਖ ਲਓ ਭਲੇ ਮਾਨਸੋ ਵੀ 150 ਫੁੱਟ ਤੇ ਪਾਣੀ ਚਲਾ ਗਿਆ, ਪਾਣੀ ਥੱਲੇ ਹੀ ਜਾਈ ਜਾਂਦਾ ਪਾਣੀ, ਦਿਨੋ ਦਿਨ ਜਾਈ ਜਾਂਦਾ। ਇਸ ਕਰਕੇ ਬਾਈ ਇਹ ਪਾਣੀ ਨੂੰ ਜਿੰਨੇ ਵੀ ਭਰਾਵਾਂ ਨੂੰ ਬੇਨਤੀ ਕਰਦੇ, ਮੋਟਰਾਂ ਬੰਦ ਕਰ ਦਿਓ, ਮੋਟਰਾਂ ਚਲਾਏ ਦਾ ਕੋਈ ਫਾਇਦਾ ਨਹੀਂ, ਜਦੋਂ ਝੋਨਾ ਲਾਉਣਾ ਹੋਇਆ ਲਾ ਲਿਓ, ਕੱਸੀ ਦਾ ਪਾਣੀ ਲਾ ਲਿਓ। ਇਹ ਕਾਹ ਆਉਂਦਾ ਸਾਡੇ ਵਾਲਾ ਬੁੱਝੜ ਹੋਰ, ਆਹ ਵੀ ਜਮੀ ਆਇਆ ਹੁਣ ਕੀ ਕਰੀਏ ਬਾਈ, ਮੱਥਾ ਮਾਰ ਕੇ ਬਹਿ ਨੇ, ਕੋਈ ਸਮਝਦਾ ਨਹੀਂ। ਇਹ ਵੀ ਇਹੋ ਜਿਹੀ ਆ ਬਾਈ, ਮੋਟਰ ਬੰਦ ਕਰ ਦੇ। ਹੈਲੋ, ਕਰਦੇ ਕਰਾ ਦੇ, ਪੈਸੇ ਅਸੀਂ ਦੇਵਾਂਗੇ ਯਾਰ ਜੀ, ਫਰਕ ਕਰਦੇ ਬੰਦ ਯਾਰ, ਕੋਈ ਨਹੀਂ ਕਰਦੇ ਬਾਈ, ਕੀ ਕਹੀਏ ਯਾਰ, ਇਹਨਾਂ ਨੇ ਕੀ
ਤਾਂ ਮੰਨ ਲਾ ਆਪਾਂ ਕਰਾ ਵਾਲੇ ਨੂੰ ਪੈਸੇ ਦੇ ਦਾਂਗੇ ਹੈ ਨਾ ਕਰ ਕੀ ਦਿੰਦਾ ਤੂੰ ਯਾਰ ਸ਼ਰਮ ਮੰਨੋ ਯਾਰ ਮਾੜੀ ਮੋਟੀ ਕਿਸੇ ਗੱਲ ਦੀ ਬਸ ਐ ਮੁੱਛਾਂ ਨੂੰ ਵੱਢਦੇ ਰਿਹਾ ਚੜਦਾ ਲਾ ਲਿਆ ਇਹਨਾਂ ਕੋਲ ਤਾਂ ਆਹ ਕੰਮ ਨੇ ਗਏ ਸਾਰਿਆਂ ਕੋਲ ਤੁਹਾਨੂੰ ਹੋਰ ਮੋਟਰਾਂ ਦਿਖਾਉਣਾ ਸਾਰੀਆਂ ਟੋਟਲੀ ਉਹ ਦੇਖ ਲਓ ਮੋਟਰਾਂ ਕਿੰਨੀਆਂ ਨੇ ਕਿੰਨੀਆਂ ਸਾਰੀਆਂ ਨੇ ਸਾਰੀਆਂ ਮੋਟਰਾਂ ਉਹ ਦੇਖ ਲਓ ਉਹ ਚੱਲੀਆਂ ਨੇ ਉਹ ਦਿਖਾਉਣਾ ਤੁਹਾਨੂੰ ਉਹ ਵੀ ਮੋਟਰਾਂ ਹੀ ਚੱਲੀਆਂ ਨੇ ਅਰ ਉਹ ਚੱਲੀਆਂ ਨੇ ਸਾਰੀਆਂ ਮੋਟਰਾਂ ਹੀ ਚੱਲੀਆਂ ਨੇ ਦਿਨ ਦੀ ਲਾਈਟ ਆ ਵੀ ਪੈਂਦਾ ਜਿੱਥੇ ਖੁੱਲ੍ਹਾ ਪੈਣ ਦੇ ਆਟੋਮੈਟਿਕ ਲੱਗੇ ਹੋਏ ਨੇ ਕੋਈ ਸੋਚਣੀ ਤਾਂ ਆਪਣੀ ਕੁਛ ਹੋਰ ਨਹੀਂ ਕਰਨੀ ਆਹ ਸਾਰਾ ਕੁਛ ਹੋ ਜਾਂਦਾ ਉਹ ਚੱਕ ਲੈ ਝੋਲਾ ਹੈਲੋ ਝੋਲਾ ਕਿੱਥੇ ਲੈ ਬਈ ਟੋਭਾ ਆਹ ਬਣਾਇਆ ਪਿਆ ਆਹ ਵੀ ਦੇਖ ਲਓ ਆਹ ਵਾਹਣ 'ਚ ਮੈਂ ਕਹਿੰਦਾ ਇੱਕ ਇੱਕ ਫੁੱਟ ਫੁੱਟ ਪਾਣੀ ਅੱਧਾ ਅੱਧਾ ਫੁੱਟ ਪਾਣੀ ਖੜਾ ਲਾ ਦੇਖ ਲਓ ਟੋਭਾ ਆਹ ਬਣਾਇਆ ਪਿਆ ਸਾਰੀਆਂ ਮੋਟਰਾਂ ਦੈਂ 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 ਚੱਲੀ ਜਾਂਦੀਆਂ ਨੇਗੀਆਂ ਸੱਚੀ ਗੱਲ ਫਿਰ ਤਾਂ ਬਹੁਤ ਚੰਗੀ ਗੱਲ ਇਹਨੂੰ ਸਨਮਾਨਿਤ ਕਰਨ ਵਾਲਾ ਯਾਰ ਬੰਦੇ ਨੂੰ ਪੱਕਾ ਪਾਣੀ ਲਾ ਆਹ ਪਾਣੀ ਦਾ ਲੀਕ ਲਿਖਿਆ ਪਾਣੀ ਦੱਸਦਾ ਵੀ ਲੀਹਾਂ 'ਚ ਪਾਣੀ ਲਾਇਆ ਨਹੀਂ ਛੱਡਿਆ ਬਸ ਫਿਰ ਬਹੁਤ ਵਧੀਆ ਗੱਲ ਜਿਉਂਦਾ ਬਸਦਾ ਰਿਹਾ ਕਣੀਆਂ ਹੋਰ ਪਵਾਰਨੇ ਤੈਨੂੰ ਉੱਤੇ